ਪਟਿਆਲਾ ਦਰਪਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਨਪ੍ਰੀਤ ਨਾਭਾ ਵੱਲੋਂ ਬਹੁਤ ਬਹੁਤ ਸਵਾਗਤ ਹੈ। ਅਸੀਂ ਆਪਣੇ ਪ੍ਰੋਗਰਾਮ ਵਿੱਚ ਵੱਖੋ ਵੱਖਰੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਅਤੇ ਅੱਜ ਸਾਡੀ ਗੱਲ ਕਰਨ ਦਾ ਵਿਸ਼ਾ ਹੈ ਕੰਪਿਊਟਰ ਅਤੇ ਪੰਜਾਬੀ ਭਾਸ਼ਾ, ਜਿਸ ਨਾਲ ਗੱਲ ਕਰਨ ਲਈ ਸਾਡੇ ਐਕਸਪਰਟ ਹਨ ਸੀ ਪੀ ਕੰਬੋਜ ਸਰ, ਜੋ ਕਿ ਬਤੌਰ ਪੰਜਾਬੀ ਕੰਪਿਊਟਰ ਹੈਲਥ ਸੈਂਟਰ ਵਿੱਚ ਕੰਮ ਕਰ ਰਹੇ ਹਨ। ਆਓ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਰ, ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸਰ, ਜਿੱਦਾਂ ਹੁਣ ਸਾਇੰਸ ਦਾ ਯੁੱਗ ਹੈ, ਕੰਪਿਊਟਰ ਦਾ ਦੌਰ ਹੈ, ਹਰ ਇੱਕ ਬੱਚਾ ਹੈ ਜਿਹੜਾ ਕੰਪਿਊਟਰ ਯੂਜ ਕਰਦਾ, ਤੇ ਤੁਸੀਂ ਜਿਹੜਾ ਕੰਪਿਊਟਰ ਦੀ ਲੈਂਗੁਏਜ ਹੈ ਉਸਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕੀਤਾ ਕਿ ਅਸੀਂ ਜਿਹੜੇ ਲੋਕ ਪੰਜਾਬੀ ਵਿੱਚ ਕੰਪਿਊਟਰ ਯੂਜ ਕਰਨਾ ਚਾਹੁੰਦੇ ਨੇ ਉਹ ਯੂਜ ਕਰ ਸਕਦੇ ਹਾਂ, ਤੇ ਇਹ ਤੁਹਾਡਾ ਮਨ ਦੇ ਵਿੱਚ ਖਿਆਲ ਕਿਸ ਤਰ੍ਹਾਂ ਆਇਆ? ਦੇਖੋ ਜੀ, ਮੇਰਾ ਜਿਹੜਾ ਪਿਛੋਕੜ ਹੈ ਉਹ ਪੇਂਡੂ ਹੈ ਜੀ, ਔਰ ਜਦੋਂ ਮੈਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਡਿਪਲੋਮਾ ਕਰਨ ਦੇ ਲਈ ਘਰੋਂ ਬਾਹਰ ਗਿਆ, ਸਭ ਤੋਂ ਵੱਡੀ ਸਮੱਸਿਆ ਮਾਧਿਅਮ ਦੀ ਆਈ ਕਿ ਅੰਗਰੇਜ਼ੀ ਮਾਧਿਅਮ ਦੀ ਕਿਤਾਬਾਂ ਸਮਝ ਨਹੀਂ ਆ ਰਹੀਆਂ ਸੀਗੀਆਂ। ਖੈਰ, ਮੈਂ ਮਿਹਨਤ ਕਰਕੇ ਅੱਗੇ ਵਧਿਆ, ਪਰ ਉਦੋਂ ਤੋਂ ਕੋਈ ਐਸਾ ਉੱਪਰ ਵਾਲੇ ਨੇ, ਪਰਮਾਤਮਾ ਨੇ ਕੋਈ ਦੇਣ ਬਖਸ਼ੀ ਕਿ ਮੇਰੇ ਜ਼ਿਹਨ ਵਿੱਚ ਇਹ ਆਇਆ ਕਿ ਮੈਂ ਆਪਣੇ ਛੋਟੇ ਭੈਣ ਭਰਾਵਾਂ ਦੇ ਲਈ ਐਸਾ ਕੁਛ ਕਰਾਂ ਕਿ ਅੰਗਰੇਜ਼ੀ ਮੀਡੀਅਮ ਦੇ ਵਿੱਚ ਜੋ ਕੰਪਿਊਟਰ ਲੋਕ ਪੜ੍ਹਨਗੇ ਉਹਨਾਂ ਨੂੰ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਸਮਝ ਆਏ। ਸੋ ਉਦੋਂ ਤੋਂ ਮੈਂ ਇਹ ਸਿਲਸਿਲਾ ਮੇਰਾ ਲਗਾਤਾਰ 22 ਕੁ ਸਾਲ ਤੋਂ ਜਾਰੀ ਹੈ, ਤੇ ਮੇਰਾ ਮਿਸ਼ਨ ਹੈ ਕਿ ਜਿੰਨੀ ਵੀ ਟੈਕਨੋਲੋਜੀ ਹੈ, ਜਿੰਨੀ ਵੀ ਸੂਚਨਾ ਟੈਕਨੋਲੋਜੀ ਕੰਪਿਊਟਰ ਦਾ ਜਿਹੜਾ ਜਿੰਨਾ ਵੀ ਖੋਜਾਂ ਹੋ ਰਹੀਆਂ ਨੇ ਉਹਨਾਂ ਨੂੰ ਨਾਲ ਨਾਲ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਕਿਤਾਬਾਂ ਦੇ ਰਾਹੀਂ, ਅਖਬਾਰਾਂ ਦੇ ਕਾਲਮਾਂ ਦੇ ਰਾਹੀਂ, ਰੇਡੀਓ ਦੇ ਰਾਹੀਂ ਉਹ ਆਮ ਲੋਕਾਂ ਤੱਕ ਉਹ ਪਹੁੰਚਾ, ਇਹੀ ਮੇਰੀ ਇੱਛਾ ਹੈ। ਸਰ, ਹੁਣ ਤੱਕ ਤੁਸੀਂ ਜਿਹੜੀਆਂ ਨੇ ਕੰਪਿਊਟਰ ਦੇ ਸਾਈਟ ਬਾਰੇ ਜਿਹੜੀਆਂ ਬੁੱਕਸ ਲਿਖ ਚੁੱਕੇ ਹੋ, ਕਿੰਨੇ ਕੁ ਬੁੱਕਸ ਤੁਹਾਡੀਆਂ ਨੇ ਜਿਹੜੀਆਂ ਹੁਣ ਤੱਕ ਲਿਖ ਚੁੱਕੀਆਂ ਨੇ? ਮੇਰੀਆਂ ਕੋਈ 28 ਦੇ ਕਰੀਬ ਕਿਤਾਬਾਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਇਹਨਾਂ ਵਿੱਚੋਂ ਸਭ ਤੋਂ ਪਹਿਲੀ ਕਿਤਾਬ ਮੇਰੀ ਵਿਸ਼ਵ ਭਾਰਤੀ ਬਰਨਾਲਾ ਨੇ 2003 ਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ। ਉਦੋਂ ਤੋਂ ਲੈ ਕੇ ਲਗਾਤਾਰ ਹੀ ਕਿਤਾਬਾਂ ਲਿਖਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ICT ਪ੍ਰੋਜੈਕਟ ਸ਼ੁਰੂ ਕੀਤਾ, ਤੋਂ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਉਹਨਾਂ ਬੱਚਿਆਂ ਦੇ ਲਈ ਕਿਤਾਬਾਂ ਮੈਂ ਅਨੁਵਾਦ ਕੀਤੀਆਂ, ਉਹ ਬੱਚੇ ਅੱਜ ਪੜ੍ਹ ਰਹੇ ਨੇ। ਔਰ ਮੈਨੂੰ ਖੁਸ਼ੀ ਆ ਕਿ ਜਿਹੜੇ ਬੱਚੇ ਅੰਗਰੇਜ਼ੀ ਦੇ ਵਿੱਚ ਬਹੁਤ ਕਮਜ਼ੋਰ ਨੇ ਉਹ ਪੰਜਾਬੀ ਦੇ ਵਿੱਚ ਆਪਣੀ ਮਾਤ ਬੋਲੀ ਦੇ ਵਿੱਚ ਉਹ ਕਿਤਾਬਾਂ ਪੜ੍ਹ ਕੇ ਤਕਨੀਕ ਬਾਰੇ ਆਪਣਾ ਗਿਆਨ ਜਿਹੜਾ ਹੈ ਉਹ ਹਾਸਲ ਕਰਕੇ ਅੱਗੇ ਵੱਧ ਰਹੇ ਨੇ, ਤੇ ਜਦੋਂ ਉਹ ਹਾਇਰ ਸਟੱਡੀ ਦੇ ਵਿੱਚ ਉਚੇਰੀ ਵਿਦਿਆ ਚਾਹੁੰਦੇ ਨੇ ਤਾਂ ਆਪਣਾ ਮੀਡੀਅਮ ਉਹ ਬਦਲ ਸਕਦੇ ਨੇ। ਆਪਣੀ ਬੇਸਿਕ ਜਿਹੜੀ ਜਾਣਕਾਰੀ ਹੈ, ਮੁੱਢਲੀ ਜਿਹੜੀ ਜਾਣਕਾਰੀ ਕੰਪਿਊਟਰ ਬਾਰੇ, ਉਹਨਾਂ ਨੂੰ ਆਪਣੀ ਹੀ ਜ਼ੁਬਾਨ ਦੇ ਵਿੱਚ ਮਿਲ ਰਹੀ ਹੈ, ਇਹ ਲੋਕਾਂ ਨੂੰ, ਪਾਠਕਾਂ ਨੂੰ ਫਾਇਦਾ ਹੋ ਰਿਹਾ। ਤੇ ਸਰ, ਜਿੱਦਾਂ ਹੁਣ ਅਸੀਂ ਸਮਾਰਟ ਫੋਨ ਯੂਜ ਕਰਦੇ ਹਾਂ, ਸਾਡੇ ਕੋਲ ਜਿਹੜਾ ਇੰਗਲਿਸ਼ ਦਾ ਫੋਨ ਹੈ ਉਹਦੇ ਵਿੱਚ ਜਿਹੜੇ ਡਿਕਸ਼ਨਰੀ ਵਰਡ ਨੇ, ਕੋਰੈਕਟਿਵ ਵਰਡ ਆਉਂਦੇ ਨੇ, ਕਿ ਪੰਜਾਬੀ ਫੋਨ ਦੇ ਵਿੱਚ ਵੀ ਕੋਈ ਏਦਾਂ ਦੀ ਡਿਕਸ਼ਨਰੀ ਐਪ ਹੈ ਵੀ ਜਿਹਦੇ ਵਿੱਚ ਜੇ ਅਸੀਂ ਕੋਈ ਗਲਤ ਸਪੈਲਿੰਗ ਲਿਖਣ ਲੱਗਦੇ ਹਾਂ ਤਾਂ ਕੋਰੈਕਟਿਵ ਵਰਡ ਉਹਦੇ ਆਪਾਂ ਨੂੰ ਸ਼ੋਅ ਹੁੰਦੇ ਨੇ? ਮਨਪ੍ਰੀਤ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਅਸਲ ਵਿੱਚ ਅੰਗਰੇਜ਼ੀ ਦੇ ਵਿੱਚ ਇਹ ਸਾਰੇ ਸੋਫਟਵੇਅਰ ਤਿਆਰ ਹੋ ਚੁੱਕੇ ਨੇ, ਜਿਹਨੂੰ ਆਪਾਂ ਸਪੈਲ ਚੈੱਕਰ ਕਹਿ ਦਈਏ, ਪਰ ਜਾਣ ਕੇ ਬੜੀ ਹੈਰਾਨੀ ਹੋਏਗੀ ਤੁਹਾਨੂੰ ਕਿ ਪੰਜਾਬੀ ਦੇ ਵਿੱਚ ਵੀ ਇਹ ਸਾਰਾ ਕੁਛ ਉਪਲਬਧ ਹੈ, ਸਭ ਕੁਛ ਮਿਲ ਜਾਂਦਾ ਹੈ, ਪਰ ਜਾਗਰੂਕਤਾ ਦੀ ਘਾਟ ਕਰਕੇ ਇਹਨਾਂ ਚੀਜ਼ਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ, ਲੋਕ ਉਹਨਾਂ ਨੂੰ ਵਰਤਦੇ ਨੇ। ਯੂਨੀਵਰਸਿਟੀ ਨੇ ਇੱਕ ਸੋਫਟਵੇਅਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ, ਅੱਖਰ, ਤੋ ਹੁਣ ਅੱਖਰ ਜਿਹੜਾ ਵਰਡ ਪ੍ਰੋਸੈਸਰ ਹੈ ਇਹਦਾ ਨਵਾਂ ਵਰਸ਼ਨ, ਨਵਾਂ ਸੰਸਕਰਨ ਜਾਰੀ ਕੀਤਾ ਹੈ ਯੂਨੀਵਰਸਿਟੀ ਨੇ ਪਿਛਲੇ ਵਰੇ, ਜਿਹਦਾ ਨਾਮ ਹੈ ਅੱਖਰ 2016। ਇਹਦੇ ਵਿੱਚ ਸਪੈਲ ਚੈੱਕਰ ਦੀ ਸੁਵਿਧਾ, ਤੁਸੀਂ ਜੋ ਵੀ ਟਾਈਪ ਕੀਤਾ ਹੈ ਇਹ ਸਪੈਲ ਚੈੱਕਰ ਉਹਦੇ ਵਿੱਚੋਂ ਜਿਹੜੇ ਗਲਤ ਸ਼ਬਦ ਹੋਣਗੇ, ਅੱਖਰ ਜੋੜ ਹੋਣਗੇ, ਉਹਨਾਂ ਨੂੰ ਲੱਭੇਗਾ
ਤੁਹਾਨੂੰ ਉਹਦੇ ਲਈ ਸੁਝਾਅ ਦੇਗਾ, ਸੁਜੈਸ਼ਨ ਦੇਗਾ, ਤੇ ਅੰਗਰੇਜ਼ੀ ਤਰ੍ਹਾਂ ਹੀ ਤੁਸੀਂ ਉਹਨਾਂ ਸ਼ਬਦਾਂ ਦੇ ਜਿਹੜੇ ਅੱਖਰ ਜੋੜ ਨੇ ਉਹਨਾਂ ਨੂੰ ਤੁਸੀਂ ਠੀਕ ਕਰ ਸਕਦੇ ਹੋ। ਹਾਂ, ਮੋਬਾਈਲ ਦੇ ਲਈ ਅਜੇ ਬਹੁਤ ਕੁਛ ਕਰਨਾ ਬਾਕੀ ਹੈ। ਮੋਬਾਈਲ ਦੇ ਉੱਤੇ ਇਸ ਤਰ੍ਹਾਂ ਦਾ ਸਪੈਲ ਚੈੱਕਰ ਵਾਲੀ ਕੋਈ ਐਪ ਨਹੀਂ ਹੈ, ਪਰ ਜਿੰਨੀਆਂ ਸਮੱਸਿਆਵਾਂ ਮੋਬਾਈਲ ਦੇ ਉੱਤੇ ਟਾਈਪ ਕਰਨ ਦੀਆਂ ਨੇ, ਮੋਬਾਈਲ ਦੇ ਉੱਤੇ ਪੰਜਾਬੀ ਨੂੰ ਲਿਖਣ ਦੀਆਂ ਨੇ, ਉਹਨਾਂ ਨੂੰ ਲੈ ਕੇ ਬਹੁਤ ਸਾਰਾ ਕੰਮ ਹੋ ਚੁੱਕਿਆ। ਮੇਰੀ ਆਪਣੀ ਖੁਦ ਦੀ ਪੀਐਚਡੀ ਪੰਜਾਬੀ ਦੇ ਵਿੱਚ ਲਿਖਦੇ ਆ, ਉਹਦੇ ਵਿੱਚ ਸਿਹਾਰੀ, ਬਿਹਾਰੀ, ਓਂਕਰ ਤੇ ਇਹ ਕਾਫੀ ਵਰਡ ਜਿਹੜੇ ਯੂਜ਼ ਹੁੰਦੇ ਨੇ, ਪਰ ਇੰਗਲਿਸ਼ ਦੇ ਵਿੱਚ ਇਹ ਸਿੱਧਾ ਡਾਇਰੈਕਟ ਚੱਲਦੇ ਨੇ, ਤੇ ਇਹਨਾਂ ਦੇ ਲਈ ਵੀ ਕੋਈ ਏਦਾਂ ਦਾ ਫੌਂਟ ਹੈ? ਬਿਲਕੁਲ, ਇਹ ਸਮੱਸਿਆ ਜਿਹੜੀ ਹੈ ਇਕੱਲੀ ਪੰਜਾਬੀ ਭਾਸ਼ਾ ਦੀ ਨਹੀਂ ਹੈ ਜੀ। ਅੰਗਰੇਜ਼ੀ ਤੋਂ ਬਿਨਾਂ ਸੰਸਾਰ ਦੀਆਂ ਬਾਕੀ ਜਿੰਨੀਆਂ ਵੀ ਭਾਸ਼ਾਵਾਂ ਨੇ, ਜਿਹੜੀਆਂ ਨੋਨ ਲੈਟਿਨ ਨੇ ਜਾਂ ਗੈਰ ਅੰਗਰੇਜ਼ੀ ਨੇ, ਅਰਬੀ ਲੈ ਲਓ ਤੁਸੀਂ, ਚੀਨੀ ਭਾਸ਼ਾ ਲੈ ਲਓ, ਜਪਾਨੀ ਲੈ ਲਓ, ਔਰ ਸਾਰੀਆਂ ਹੀ ਭਾਰਤੀ ਭਾਸ਼ਾਵਾਂ ਲੈ ਲਓ, ਇਹਨਾਂ ਸਾਰਿਆਂ ਦੇ ਵਿੱਚ ਇਹ ਸਮੱਸਿਆ ਹੈ। ਔਰ ਇਹਦੇ ਲਈ ਸਾਰੇ ਦੁਨੀਆਂ ਦੇ ਵਿਗਿਆਨੀਆਂ ਨੇ ਇਕੱਠੇ ਹੋ ਕੇ 1991 ਦੇ ਵਿੱਚ ਹੱਲ ਕੱਢ ਦਿੱਤਾ ਸੀ ਜੀ। ਸਟੈਂਡਰਡ ਇੱਕ ਫੌਂਟ, ਇੱਕ ਮਿਆਰੀ ਫੌਂਟ ਬਣਾ ਲਿਆ ਸੀਗਾ, ਪਰ ਉਹ ਮਿਆਰੀ ਫੌਂਟ ਜਿਹਨੂੰ ਅਸੀਂ ਯੂਨੀਕੋਡ ਕਹਿੰਦੇ ਹਾਂ, ਰਾਵੀ ਫੌਂਟ ਕਹਿੰਦੇ ਹਾਂ, ਉਹ ਬਣ ਚੁੱਕਿਆ। ਉਹਦੇ ਬਾਵਜੂਦ ਵੀ ਅੱਜ ਵੀ ਅਸੀਂ ਰਵਾਇਤੀ ਆਪਣੇ ਪੁਰਾਣੇ ਜਿਹੜੇ ਫੌਂਟ ਨੇ, ਕੋਈ ਅਸੀਸ ਦੇ ਵਿੱਚ ਟਾਈਪ ਕਰ ਰਿਹਾ ਹੈ, ਕੋਈ ਗੁਰਮੁਖੀ ਚ ਕਰ ਰਿਹਾ ਹੈ, ਕੋਈ ਜਵਾਏ ਵਿੱਚ ਕਰ ਰਿਹਾ ਹੈ, ਕਿਉਂਕਿ ਉਹ ਫੌਂਟ ਰਵਾਇਤੀ ਫੌਂਟ ਨੇ, ਉਹ ਮਿਆਰੀ ਨਹੀਂ ਨੇ। ਜੇ ਉਹਨਾਂ ਨੂੰ ਵਰਤਾਂਗੇ ਤਾਂ ਦੂਜੇ ਕੰਪਿਊਟਰ ਦੇ ਉੱਤੇ ਜਾ ਕੇ ਤੁਹਾਡਾ ਮੈਟਰ ਬਦਲੇਗਾ, ਦੂਸਰੇ ਕੰਪਿਊਟਰ ਦੇ ਉੱਤੇ ਤੁਸੀਂ ਉਹਨੂੰ ਮੇਲ ਕਰੋਗੇ ਤਾਂ ਉਹ ਅੱਖਰ ਨਜ਼ਰ ਨਹੀਂ ਆਉਣਗੇ, ਅਰਥ ਅਨਰਥ ਹੋ ਜਾਣਗੇ, ਉਹ ਫੌਂਟ ਤੁਹਾਨੂੰ ਨਾਲ ਭੇਜਣਾ ਪਊਗਾ। ਔਰ ਅਗਲੇ ਬੰਦੇ ਦੀ ਸਮੱਸਿਆ ਇਹ ਹੈ ਕਿ ਅਗਲੇ ਨੂੰ ਫੌਂਟ ਇੰਸਟਾਲ ਨਹੀਂ ਕਰਨਾ ਆਉਂਦਾ, ਤੇ ਇਹ ਸਭ ਤੋਂ ਵੱਡਾ ਸਾਡੇ ਕੋਲ ਇਹ ਮਸਲਾ ਹੈ। ਜੇ ਅਸੀਂ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹਾਂ ਤੇ ਸਾਨੂੰ ਨਿਸ਼ਚਿਤ ਹੀ ਯੂਨੀਕੋਡ ਜਿਹੜੇ ਫੌਂਟ ਨੇ, ਰਾਵੀ ਫੌਂਟ ਹੈ, ਨਿਰਮਲਾ ਫੌਂਟ ਹੈ, ਇਸ ਤਰ੍ਹਾਂ ਦੇ ਫੌਂਟ ਸਾਨੂੰ ਵਰਤਣੇ ਪੈਣਗੇ ਭਵਿੱਖ ਦੇ ਵਿੱਚ। ਜੇ ਪੰਜਾਬੀ ਜ਼ਬਾਨ ਦੀ ਅਸੀਂ ਤਰੱਕੀ ਚਾਹੁੰਦੇ ਹਾਂ ਤਾਂ ਤਰੱਕੀ ਦੇ ਲਈ ਇੰਟਰਨੈਟ ਦੇ ਉੱਤੇ ਵੱਧ ਤੋਂ ਵੱਧ ਪੰਜਾਬੀ ਦੀ ਸਮੱਗਰੀ ਆਉਣੀ ਚਾਹੀਦੀ ਹੈ, ਤੇ ਸਮੱਗਰੀ ਪੰਜਾਬੀ ਦੀ ਜਿਹੜੀ ਇੰਟਰਨੈਟ ਦੇ ਉੱਤੇ ਪਾਉਣ ਦਾ ਇੱਕੋ ਇੱਕ ਹੀ ਤਰੀਕਾ ਹੈ ਕਿ ਯੂਨੀਕੋਡ ਸਟੈਂਡਰਡ ਫੌਂਟਾਂ ਦੀ ਵਰਤੋਂ ਕੀਤੀ ਜਾਵੇ। ਸਰ, ਜਿੱਦਾਂ ਹੁਣ ਅਸੀਂ ਕੋਈ ਮੈਸੇਜ ਜਾਂ ਕੰਪਿਊਟਰ ਤੇ ਫੋਨ ਤੇ ਆਪਾਂ ਮੈਸੇਜ ਟਾਈਪ ਕਰਦੇ ਹਾਂ ਪੰਜਾਬੀ ਦੇ ਵਿੱਚ ਜੀ, ਤੇ ਉਹ ਜਾਂ ਦੂਸਰੇ ਦੇ ਫੋਨ ਦੇ ਵਿੱਚ ਇਹ ਐਪ ਨਾ ਹੋਵੇ ਤੇ ਫਿਰ ਉਹਦੇ ਉੱਤੇ ਪੰਜਾਬੀ ਸ਼ੋਅ ਨਹੀਂ ਹੁੰਦੀ, ਉਸ ਲਈ ਤੁਸੀਂ ਦੱਸਿਆ ਕਿ ਇਹ ਅਸੀਂ ਐਪ ਅਸੀਂ ਯੂਜ਼ ਕਰ ਸਕਦੇ ਹਾਂ, ਪਰ ਜੇ ਅਸੀਂ ਕੋਈ ਇੰਗਲਿਸ਼ ਦੇ ਵਿੱਚ ਲਿਖਦੇ ਹਾਂ ਉਹੀ ਹੈ ਸਾਡਾ ਮੈਸੇਜ ਹੈ ਜੋ ਮੈਟਰ ਹੈ ਸਾਡਾ, ਉਹ ਖੁਦ ਹੀ ਪੰਜਾਬੀ 'ਚ ਟ੍ਰਾਂਸਲੇਟ ਹੋ ਜੇ, ਇਸ ਲਈ ਕੋਈ ਏਦਾਂ ਦੀ ਟੈਕਨੋਲੋਜੀ? ਦੇਖੋ ਜੀ, ਦੋ ਚੀਜ਼ਾਂ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਪਹਿਲਾਂ ਤੇ ਹੈ ਕਿ ਬਹੁਤ ਸਾਰੇ ਮੋਬਾਈਲ ਫੋਨ, ਸਮਾਰਟਫੋਨ ਅੱਜ ਵੀ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਪੰਜਾਬੀ ਦੇ ਵਿੱਚ ਮੈਸੇਜ ਭੇਜੋ ਚਾਹੇ ਵਟਸਐਪ ਦਾ ਕੋਈ ਸੰਦੇਸ਼ ਭੇਜੋ, ਉਹ ਉੱਥੇ ਨਜ਼ਰ ਨਹੀਂ ਆਉਂਦਾ ਜੀ। ਤਾਂ ਉਹਦਾ ਕਾਰਨ ਇਹ ਹੈ ਕਿ ਉਸ ਹੈਂਡਸੈਟ ਦੇ ਵਿੱਚ ਯੂਨੀਕੋਡ ਫੌਂਟ ਜਿਹੜਾ ਹੈ, ਰਾਵੀ ਜਾਂ ਹੋਰ ਕੋਈ ਫੌਂਟ ਉਹਦੇ ਵਿੱਚ ਪਾਇਆ ਹੀ ਨਹੀਂ ਹੋਇਆ। ਉਹਦਾ ਇਲਾਜ ਇਹ ਹੈ ਕਿ ਜਦੋਂ ਤੁਸੀਂ ਫੋਨ ਖਰੀਦਣ ਜਾ ਰਹੇ ਹੋ ਉਦੋਂ ਹੀ ਧਿਆਨ ਰੱਖੋ ਕਿ ਉਹ ਪੰਜਾਬੀ ਨੂੰ ਸਪੋਰਟ ਕਰਦਾ ਹੈ ਕਿ ਨਹੀਂ। ਜੇ ਪੰਜਾਬੀ ਨੂੰ ਸਪੋਰਟ ਕਰਨ ਵਾਲਾ ਸਮਾਰਟਫੋਨ ਨਹੀਂ ਹੈ ਤੁਹਾਡੇ ਕੋਲ, ਤਾਂ ਉਹਦੇ ਕੋਲ ਸਾਡੇ ਕੋਲ ਇੱਕ ਤਰੀਕਾ ਹੈ, ਰੂਟਿੰਗ ਜਿਹਨੂੰ ਅਸੀਂ ਕਹਿੰਦੇ ਹਾਂ। ਰੂਟਿੰਗ ਦੇ ਰਾਹੀਂ ਤੁਸੀਂ ਉਸ ਫੋਨ ਦੇ ਐਂਡਰਾਇਡ ਜਿਹੜਾ ਓਪਰੇਟਿੰਗ ਸਿਸਟਮ ਹੈ ਉਹਦੀਆਂ ਜੜ੍ਹਾਂ ਤੱਕ ਪਹੁੰਚ ਸਕਦੇ ਹੋ, ਉਹਨੂੰ ਓਪਨ ਕਰਕੇ ਤੁਸੀਂ ਉਹਦੇ ਵਿੱਚ ਫੌਂਟ ਪਾ ਸਕਦੇ ਹੋ। ਉਸ ਤੋਂ ਬਾਅਦ ਤੁਹਾਡਾ ਕੰਪਿਊਟਰ ਜਿਹੜਾ ਸਮਾਰਟਫੋਨ ਹੈ ਉਹਦੇ ਵਿੱਚ ਪੰਜਾਬੀ ਨਜ਼ਰ ਆਉਣ ਲੱਗ ਜਾਏਗੀ। ਤੇ ਮਸਲਾ ਦੂਜਾ ਰਹਿ ਗਿਆ ਕਿ ਪੰਜਾਬੀ ਟਾਈਪ ਕਰਨ ਦਾ, ਬਹੁਤ ਸਾਰੇ ਲੋਕ ਇਹਨਾਂ ਦਾ ਸਵਾਲ ਇਹੀ ਹੁੰਦਾ ਹੈ ਕਿ ਮੈਂ ਪੰਜਾਬੀ ਪੜ੍ਹ ਤਾਂ ਸਕਦਾ ਪਰ ਮੈਂ ਖੁਦ ਪੰਜਾਬੀ ਜਾਂ ਆਪਣੀ ਜ਼ੁਬਾਨ ਵਿੱਚ ਲਿਖਣਾ ਚਾਹੁੰਦਾ। ਉਹਦੇ ਲਈ ਜਿਹੜੀਆਂ ਅੱਛੀਆਂ ਕੰਪਨੀਆਂ ਨੇ ਫੋਨਾਂ ਦੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਕੀਬੋਰਡ ਪਹਿਲਾਂ ਤੋਂ ਹੀ ਪਾਇਆ ਹੁੰਦਾ, ਪਰ ਕਈ ਹਾਲਤਾਂ ਦੇ ਵਿੱਚ ਜੇ ਉਹ ਕੀਬੋਰਡ ਤੁਹਾਨੂੰ ਪਸੰਦ ਨਹੀਂ, ਉਹਦੇ ਨਾਲ ਵਧੀਆ ਟਾਈਪਿੰਗ ਨਹੀਂ ਹੋ ਰਹੀ, ਤਾਂ ਤੁਸੀਂ ਗੂਗਲ ਦਾ ਬਹੁਤ ਹੀ ਸ਼ਕਤੀਸ਼ਾਲੀ ਗੂਗਲ ਇੰਡਿਕ ਕੀਬੋਰਡ,
ਇਹ ਤੁਸੀਂ ਗੂਗਲ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਰੋਮਨ ਅੱਖਰਾਂ ਦੇ ਰਾਹੀਂ ਤੁਸੀਂ ਇਸ ਕੀਬੋਰਡ ਦੇ ਉੱਤੇ ਪੰਜਾਬੀ ਜਾਂ ਕਿਸੇ ਵੀ ਹੋਰ ਜ਼ਬਾਨ ਦੇ ਵਿੱਚ ਟਾਈਪ ਕਰ ਸਕਦੇ ਹੋ। ਰੋਮਨ ਅੱਖਰ ਯਾਨੀ ਕਿ KI ਪਾ ਕੇ ਜਿਵੇਂ ਸਪੇਸ ਦਬੋਗੇ ਕੱਕਾ ਕੱਕੇ ਨੂੰ ਬਿਹਾਰੀ ਆਪਣੇ ਆਪ ਪੈ ਜਾਏਗੀ। ਇਹ ਸਭ ਤੋਂ ਸੌਖਾ ਤੇ ਤੇਜ਼ ਤਰਾਰ ਸਾਡੇ ਕੋਲ ਤਰੀਕਾ ਹੈ ਸਮਾਰਟ ਫੋਨਾਂ ਦੇ ਉੱਤੇ ਟਾਈਪ ਕਰਨ ਦਾ। ਤੇ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਕਿ ਉਹ ਐਪ ਇਹ ਕਿੱਦਾਂ ਕਰ ਸਕਦੇ ਨੇ ਜਾਂ ਅਸੀਂ ਫੋਨ ਲੈਣ ਜਾ ਰਹੇ ਹਾਂ ਤੇ ਸਾਨੂੰ ਕਿਹੜੀ ਇੱਦਾਂ ਦੀ ਨੌਲੇਜ ਹੋਵੇ ਕਿ ਅਸੀਂ ਇਸ ਫੋਨ ਨੂੰ ਦੇਖ ਸਕੀਏ ਇਹਦੇ ਵਿੱਚ ਪੰਜਾਬੀ ਫੋਂਟ ਹੈ ਜੋ ਉਹ ਚੱਲ ਸਕਦੀ ਹੈ ਤੇ ਉਹਦੇ ਲਈ ਸਾਨੂੰ ਇਹ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਜ਼ਰੂਰ ਦੱਸੋ ਵੀ ਉਹ ਫੋਨ ਤੋਂ ਅਸੀਂ ਕਿਸ ਤਰ੍ਹਾਂ ਜਜਮੈਂਟ ਲਗਾ ਸਕਦੇ ਹਾਂ ਕਿ ਇਹ ਜਿਹੜਾ ਸਾਡਾ ਫੋਨ ਹੈ ਉਹ ਪੰਜਾਬੀ ਨੂੰ ਟਾਈਪ ਕਰ ਸਕਦਾ ਜਾਂ ਨਹੀਂ। ਬਿਲਕੁਲ ਜੀ, ਇਹ ਬਹੁਤ ਵੱਡੀ ਸਮੱਸਿਆ। ਪਹਿਲੀ ਗੱਲ ਤੇ ਹੈ ਕਿ ਜਿਹੜੀ ਮੈਂ ਐਪ ਪੰਜਾਬੀ ਕੀਬੋਰਡ ਦੀ ਦੱਸੀ ਹੈ ਉਹਦੇ ਲਈ ਤੁਸੀਂ ਸਾਡੇ ਯੂਨੀਵਰਸਿਟੀ ਦੇ ਮੇਰੇ ਵਿਭਾਗ ਜਿਹਦਾ ਨਾਮ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਹੈ ਉਹਦੀ ਵੈਬਸਾਈਟ ਹੈ punjabicomputer.com। ਉਸ ਵੈਬਸਾਈਟ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਔਰ ਤੁਸੀਂ ਇੰਡਿਕ ਕੀਬੋਰਡ ਵਾਲੀ ਵੀਡੀਓ ਦੇਖ ਕੇ ਉਹਦੇ ਉੱਤੇ ਵਿਧੀਵਧ ਤਰੀਕਾ ਦੱਸਿਆ ਹੋਇਆ ਕਿ ਕਿਵੇਂ ਇੰਸਟਾਲ ਕਰਨੀ ਐਪ ਤੇ ਕਿਸ ਤਰੀਕੇ ਉਹਨੂੰ ਤੁਸੀਂ ਚਲਾਉਣਾ। ਬਾਕੀ ਗੱਲ ਰਹਿ ਗਈ ਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਸਮਾਰਟਫੋਨ ਖਰੀਦਣ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਦੇ ਜਿਹੜੇ ਫੀਚਰਸ ਨੇ ਉਹਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਇੰਟਰਨੈਟ ਵਰਤਦੇ ਹੋ ਉਹਦੇ ਤੇ ਜ਼ਰੂਰ ਦੇਖੋ। ਨਹੀਂ ਤਾਂ ਤੁਸੀਂ ਦੁਕਾਨਦਾਰ ਕੋਲ ਪੁੱਛੋ ਕਿ ਇਹ ਪੰਜਾਬੀ ਨੂੰ ਸਮਰਥਨ ਕਰਦਾ ਪੰਜਾਬੀ ਚ ਚੱਲੂਗਾ ਜਾਂ ਉਹਦੇ ਜਿਹੜੇ ਬਿੱਲ ਦੇ ਉੱਪਰ ਜਾਂ ਡੱਬੇ ਦੇ ਉੱਪਰ ਵੀ ਲਿਖਿਆ ਹੁੰਦਾ ਮਲਟੀਲਿੰਗੁਅਲ ਬਹੁ ਭਾਸ਼ਾਈ ਤੁਹਾਡਾ ਫੋਨ ਹੈ ਜਾਂ ਨਹੀਂ ਹੈ ਤਾਂ ਉਹਦੇ ਲਈ ਹਿੰਦੀ ਨੂੰ ਤਾਂ ਸਾਰੇ ਸਪੋਰਟ ਕਰਦੇ ਨੇ। ਪੰਜਾਬੀ ਵੀ ਹੁਣ ਤੱਕ ਜਿੰਨੇ ਫੋਨ ਹੁਣ ਨਵੇਂ ਜਿਹੜੇ ਮਾਡਲ ਆ ਰਹੇ ਨੇ ਉਹਨਾਂ ਦੇ ਵਿੱਚ ਪੰਜਾਬੀ ਵੀ ਟਾਈਪ ਕੀਤੀ ਜਾ ਸਕਦੀ ਹੈ। ਫਿਰ ਵੀ ਖਰੀਦਣ ਲੱਗਿਆ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਜਿਹੜੇ ਲੋਕ ਨੇ ਗੁਰਮੁਖੀ ਤੇ ਸ਼ਾਹਮੁਖੀ ਉਹ ਸਮਝ ਨਹੀਂ ਸਕਦੇ ਤੇ ਉਹਨਾਂ ਦੇ ਲਈ ਸਾਡੇ ਕੰਪਿਊਟਰ ਦੇ ਵਿੱਚ ਕੋਈ ਏਦਾਂ ਦਾ ਐਪ ਤੇ ਜਿਹੜੀ ਅਸੀਂ ਉਹ ਲਿਪੀ ਦਾ ਜਿਹੜਾ ਰੂਪਾਂਤਰਣ ਹੈ ਉਹ ਈਜ਼ੀ ਸਮਝ ਸਕੇ। ਦੋਸਤੋ, ਇਹ ਜਾਣ ਕੇ ਬੜੀ ਤੁਹਾਨੂੰ ਖੁਸ਼ੀ ਹੋਏਗੀ ਕਿ ਕੰਪਿਊਟਰ ਦੀ ਦੁਨੀਆਂ ਦੇ ਵਿੱਚ ਸਭ ਕੁਝ ਸੰਭਵ ਹੋ ਚੁੱਕਿਆ। ਪ੍ਰੋਗਰਾਮਿੰਗ ਦੇ ਖੇਤਰ ਦੇ ਵਿੱਚ ਬਹੁਤ ਸਾਰਾ ਕੰਮ ਯੂਨੀਵਰਸਿਟੀ ਨੇ ਕੀਤਾ ਹੈ, ਬਹੁਤ ਸਾਰੇ ਹੋਰ ਅਦਾਰਿਆਂ ਨੇ ਕੀਤਾ ਹੈ। ਤਾਂ ਬਹੁਤ ਲੰਬੀ ਸੂਚੀ ਹੈ ਜਿਨ੍ਹਾਂ ਅਦਾਰਿਆਂ ਨੇ ਜਿਨ੍ਹਾਂ ਵਿਅਕਤੀਆਂ ਨੇ ਇਸ ਖੇਤਰ ਦੇ ਵਿੱਚ ਕੰਮ ਕੀਤਾ ਹੈ। ਪੰਜਾਬੀ ਸਾਡੀ ਸਾਂਝੀ ਜ਼ਬਾਨ ਹੈ ਤੇ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਹੈ। ਸਰਹੱਦ ਤੋਂ ਪਾਰ ਪਾਕਿਸਤਾਨ ਦੇ ਵਿੱਚ ਇਹੀ ਪੰਜਾਬੀ ਸ਼ਾਹਮੁਖੀ ਲਿਪੀ ਦੇ ਵਿੱਚ ਔਰ ਅਸੀਂ ਗੁਰਮੁਖੀ ਵਿੱਚ ਲਿਖ ਰਹੇ ਹਾਂ। ਔਰ ਸਭ ਤੋਂ ਵੱਡਾ ਸਾਡੇ ਲਈ ਜਿਹੜਾ ਅਫਸੋਸ ਇਹ ਹੁੰਦਾ ਹੈ ਕਿ ਜਿਹੜਾ ਸਾਹਿਤ ਸ਼ਾਹਮੁਖੀ ਦੇ ਵਿੱਚ ਰਚਿਆ ਜਾ ਰਿਹਾ ਹੈ ਉਹਨੂੰ ਅਸੀਂ ਪੜ੍ਹਨ ਦੇ ਵਿੱਚ ਉਹਨੂੰ ਸਮਝਣ ਦੇ ਵਿੱਚ ਅਸਮਰੱਥ ਹਾਂ। ਪਰ ਦੋਸਤੋ, ਅੱਜ ਤੁਹਾਨੂੰ ਇਹ ਜਿਹੜੀ ਖ਼ਬਰ ਖੁਸ਼ੀ ਦੀ ਸੁਣ ਕੇ ਬੜੀ ਖੁਸ਼ੀ ਹੋਏਗੀ, ਹੈਰਾਨੀ ਹੋਏਗੀ ਕਿ ਸਾਡਾ ਕੰਪਿਊਟਰ ਉਸ ਲਿਪੀ ਨੂੰ ਇੱਕ ਬਟਨ ਦਬਦਿਆਂ ਹੀ ਗੁਰਮੁਖੀ ਲਿਪੀ ਦੇ ਵਿੱਚ ਕਨਵਰਟ ਕਰ ਸਕਦਾ, ਉਹਨੂੰ ਬਦਲ ਸਕਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਸਾਹਿਤ ਇੱਥੇ ਰਚਿਆ ਜਾ ਰਿਹਾ ਗੁਰਮੁਖੀ ਲਿਪੀ ਦੇ ਵਿੱਚ ਰਚਿਆ ਜਾ ਰਿਹਾ, ਪਾਕਿਸਤਾਨ ਵਾਲੇ ਜਿਹੜੇ ਸਾਡੇ ਦਰਸ਼ਕ ਨੇ, ਸਾਡੇ ਜਿਹੜੇ ਵੀਰ ਨੇ, ਜਿਹੜੇ ਖੋਜਾਰਥੀ ਨੇ, ਖੋਜਾਂ ਕਰਨ ਵਾਲੇ ਨੇ, ਉਹ ਇੱਥੋਂ ਦੇ ਸਾਹਿਤ ਨੂੰ ਉਸ ਸੋਫਟਵੇਅਰ ਦੇ ਵਿੱਚ ਪਾ ਕੇ ਉਹ ਆਪਣੀ ਸ਼ਾਹਮੁਖੀ ਦੇ ਵਿੱਚ ਪੜ੍ਹ ਸਕਦੇ ਨੇ। ਪੂਰੀ ਦੀ ਪੂਰੀ ਸ਼ਾਹਮੁਖੀ ਦੀ ਵੈਬਸਾਈਟ ਤੁਸੀਂ ਉਹਨੂੰ ਗੁਰਮੁਖੀ ਦੇ ਵਿੱਚ ਪੜ੍ਹ ਸਕਦੇ ਹੋ। ਉਹਦੇ ਲਈ ਸਾਡੇ ਕੋਲ ਵੈਬਸਾਈਟ ਹੈ, ਉਹ ਤੁਸੀਂ ਨੋਟ ਕਰ ਸਕਦੇ ਹੋ, learnpunjabi.org। ਇਹ ਇੱਕ ਸਾਡੀ ਵੈਬਸਾਈਟ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਅੱਖਰ 2016 ਇੱਕ ਸੋਫਟਵੇਅਰ ਬਣਾਇਆ, ਉਹ ਸੋਫਟਵੇਅਰ ਦੇ ਵਿੱਚ ਵੀ ਸੁਵਿਧਾ ਹੈ, 11 ਲਿਪੀਆਂ ਨੂੰ ਆਪਸ ਵਿੱਚ ਬਦਲਣ ਦੀ ਸੁਵਿਧਾ ਹੈ। ਮਸਲਨ ਤੁਸੀਂ ਉਹਦੇ ਵਿੱਚ ਗੁਰਮੁਖੀ ਲਿਪੀ ਨੂੰ ਸ਼ਾਹਮੁਖੀ ਵਿੱਚ, ਸ਼ਾਹਮੁਖੀ ਨੂੰ ਗੁਰਮੁਖੀ ਵਿੱਚ, ਔਰ ਗੁਰਮੁਖੀ ਲਿਪੀ ਨੂੰ ਤੁਸੀਂ ਦੇਵਨਾਗਰੀ ਦੇ ਵਿੱਚ ਬਦਲ ਸਕਦੇ ਹੋ, ਗੁਰਮੁਖੀ ਲਿਪੀ ਨੂੰ ਰੋਮਨ ਦੇ ਵਿੱਚ ਬਦਲ ਸਕਦੇ ਹੋ, ਔਰ ਇਹਦੇ ਉਲਟ ਵੀ ਤੁਸੀਂ
ਲਿਪੀ ਅੰਤਰਣ ਕਰ ਸਕਦੇ ਹੋ। ਇਹਦੇ ਨਾਲ ਹੁਣ ਕੀ ਹੋ ਗਿਆ ਕਿ ਜਿਹੜਾ ਬਾਹਰ ਸਾਧ ਦੇ ਦੂਜੇ ਪਾਸੇ ਸਾਹਿਤ ਰਚਿਆ ਜਾ ਰਿਹਾ ਸੀ, ਕਿਤਾਬਾਂ ਸੀਗੀਆਂ, ਬੜਾ ਰੇਅਰ ਬੜਾ ਹੀ ਕੀਮਤੀ ਸਾਹਿਤ ਸੀਗਾ, ਉਹਨੂੰ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਉਲੱਥਾ ਕਰਕੇ ਅਸੀਂ ਉਹਨੂੰ ਪੜ੍ਹਨ ਦੇ ਕਾਬਿਲ ਹੋ ਗਏ ਹਾਂ। ਔਰ ਉਹਨਾਂ ਲੋਕਾਂ ਦਾ ਸੱਭਿਆਚਾਰ ਜਿਹੜਾ ਹੈ, ਹਾਲਾਂਕਿ ਸਾਡਾ ਬਹੁਤ ਕੁਛ ਮਿਲਦਾ ਜੁਲਦਾ, ਪਰ ਜਿਹੜਾ ਨਵਾਂ ਸਾਹਿਤ ਹੈ ਉਹਨੂੰ ਅਸੀਂ ਪੜ੍ਹਨ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੋਏ ਹਾਂ। ਔਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਸਾਡੇ ਭਾਰਤ ਦੇ ਵਿੱਚ ਵੀ, ਆਪਾਂ ਗੱਲ ਕਰੀਏ ਕਿ ਲੋਕ ਪੰਜਾਬੀ ਨੂੰ ਤਾਂ ਸਮਝ ਸਕਦੇ ਨੇ ਪਰ ਗੁਰਮੁਖੀ ਲਿਪੀ ਉਹਨਾਂ ਦੀ ਸਮਝ ਤੋਂ ਬਾਹਰ ਹੈ, ਤਾਂ ਉਹਦੇ ਕਰਕੇ ਉਹਨਾਂ ਲਈ ਬਹੁਤ ਵੱਡਾ ਫਾਇਦਾ ਕਿ ਪੰਜਾਬੀ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਜਿਹੜਾ ਮੈਟਰ ਹੈ ਉਹਨੂੰ ਦੇਵਨਾਗਰੀ ਵਿੱਚ ਕਨਵਰਟ ਕਰਕੇ ਉਹਨਾਂ ਲੋਕਾਂ ਤੱਕ ਭੇਜੋ। ਬਹੁਤ ਸਾਰੀਆਂ ਸਾਡੀਆਂ ਕਿਤਾਬਾਂ ਨੇ ਜਿਹੜੀਆਂ ਹਰਿਆਣਾ ਜਾਂ ਹੋਰ ਬਾਕੀ ਸੂਬਿਆਂ ਦੇ ਵਿੱਚ ਜਾਂਦੀਆਂ ਨੇ, ਉਹ ਅਸਲ ਵਿੱਚ ਪੰਜਾਬੀ ਗੁਰਮੁਖੀ ਦੀਆਂ ਨੇ, ਉਹਦਾ ਲਿਪੀ ਅੰਤਰਣ ਕੰਪਿਊਟਰ ਰਾਹੀਂ ਕਰਕੇ ਅਸੀਂ ਉਹਨੂੰ ਛਾਪ ਕੇ ਉਹਨਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਜੀ। ਕਿ ਜਿਹੜਾ ਇਹ ਸਾਡੀ ਭਾਸ਼ਾ ਦੇ ਕਾਰਨ ਜਿਹੜਾ ਸਾਡੇ ਆਪਸ ਦੇ ਵਿੱਚ ਗੈਪ ਵੱਧ ਰਿਹਾ ਸੀ, ਉਹ ਕਿਤੇ ਨਾ ਕਿਤੇ ਹੁਣ ਖਤਮ ਹੋ ਸਕਦਾ। ਬਿਲਕੁਲ, ਉਹਦਾ ਨਾਮ ਹੀ ਇਸੇ ਕਰਕੇ ਸੋਫਟਵੇਅਰ ਦਾ ਨਾਮ ਯੂਨੀਵਰਸਿਟੀ ਨੇ ਰੱਖਿਆ ਸੀ ਸੰਗਮ ਜੀ, ਦੋਨਾਂ ਪੰਜਾਬਾਂ ਦਾ ਸੰਗਮ ਕਰਾਉਣ ਦੇ ਲਈ, ਉਹਨਾਂ ਦਾ ਸੁਮੇਲ ਕਰਾਉਣ ਦੇ ਲਈ ਇਹ ਸੋਫਟਵੇਅਰ ਬਣਾਇਆ ਗਿਆ ਸੀਗਾ। USA ਘੁੰਮਣ ਜਾਣਾ ਹੈ ਤਾਂ ਵੀਜ਼ਾ ਆਫਿਸ ਕਾਲ ਕਰੋ, ਅਸੀਂ ਲਵਾ ਰਹੇ ਹਾਂ ਪੂਰੇ 10 ਸਾਲਾਂ ਦਾ USA ਟੂਰਿਸਟ ਵੀਜ਼ਾ। ਕਾਲ 90410 90410, ਭੁੱਲਣਾ ਨਹੀਂ 90410 90410। ਦਾ ਵਿਸ਼ਾ ਆਪਣਾ ਕੰਪਿਊਟਰ ਦੇ ਪੰਜਾਬੀ ਭਾਸ਼ਾ ਹੈ, ਤੇ ਜਿਹੜੇ ਫੋਨ ਕੀਬੋਰਡ ਨੇ ਇਹ ਕੀ ਨੇ ਜਿਹੜੇ ਅਸੀਂ ਪੰਜਾਬੀ ਚ ਜਿਹੜੇ ਅਸੀਂ ਫੋਨ ਤੇ ਲੈਪਟਾਪ ਤੇ ਯੂਜ਼ ਕਰਦੇ ਹਾਂ? ਦੇਖੋ ਜੀ, ਇਹ ਬੜਾ ਮੁੱਢਲਾ ਸਵਾਲ ਹੈ। ਪੰਜਾਬੀ ਦੀ ਵਰਤੋਂ ਜਿਹੜਾ ਵੀ ਵਿਅਕਤੀ ਕੰਪਿਊਟਰ ਤੇ ਕਰਦਾ ਹੈ ਜਾਂ ਸਮਾਰਟਫੋਨ ਤੇ ਕਰਦਾ ਹੈ, ਉਹਨੂੰ ਫੌਂਟਾਂ ਦਾ ਕੀਬੋਰਡ ਦੇ ਬਾਰੇ ਉਹਨੂੰ ਜ਼ਰੂਰ ਪਤਾ ਹੈ, ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਉਲਝਿਆ ਹੋਇਆ। ਪਰ ਮੈਂ ਸਮਝਦਾ ਕਿ ਅੱਜ ਜਿਹੜੀ ਸਭ ਤੋਂ ਵੱਡੀ ਹਰਡਲ ਹੈ, ਸਭ ਤੋਂ ਵੱਡੀ ਰੁਕਾਵਟ ਹੈ ਕੰਪਿਊਟਰ ਦੇ ਨਾਲ ਜੁੜਨ ਦੇ ਲਈ ਜਿਹੜੀ ਪੰਜਾਬੀਆਂ ਦੇ ਵਿੱਚ ਹੈ, ਉਹ ਫੌਂਟ ਹੀ ਹੈ। ਕਿਉਂਕਿ ਫੌਂਟ ਇੱਕ ਐਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਪੰਜਾਬੀ ਜ਼ੁਬਾਨ ਦੇ ਸਾਰੇ ਅੱਖਰ ਸਾਰੇ ਅੰਕ ਪਾਏ ਹੁੰਦੇ ਨੇ, ਤੇ ਕੰਪਿਊਟਰ ਦੇ ਉੱਤੇ ਜਾਂ ਪ੍ਰਿੰਟਰ ਦੇ ਉੱਤੇ ਦਿਖਾਉਣ ਦੇ ਲਈ ਇਹ ਕੰਮ ਆਉਂਦਾ। ਪਰ ਫੌਂਟ 500 ਤਰ੍ਹਾਂ ਦੇ, ਇੱਕ ਪਿੱਛੇ ਸਰਵੇ ਹੋਇਆ, 500 ਫੌਂਟ ਪੰਜਾਬੀ ਦੇ ਬਣ ਚੁੱਕੇ ਨੇ। ਪਰ ਇਹ ਸਾਡੇ ਲਈ ਖੁਸ਼ੀ ਦੀ ਖਬਰ ਨਹੀਂ ਹੈ ਦੋਸਤੋ, ਇਹ ਫੌਂਟ ਸਾਨੂੰ ਕੁਰਾਹੇ ਪਾ ਰਹੇ ਨੇ, ਕਿਉਂਕਿ ਇੱਕ ਵਕਤ ਸੀ ਜਦੋਂ ਇਹਨਾਂ ਫੌਂਟਾਂ ਦੀ ਲੋੜ ਪਈ ਤੇ ਇਹ ਫੌਂਟ ਬਣਾਏ ਗਏ। ਪਰ ਅੱਜ ਤੁਸੀਂ ਦੇਖੋ ਇਹਨਾਂ ਫੌਂਟਾਂ ਦੀ ਥਾਂ ਤੇ ਵਿਗਿਆਨੀ ਕਹਿ ਰਹੇ ਨੇ ਕਿ ਯੂਨੀਕੋਡ ਫੌਂਟ ਵਰਤੋ, ਪਰ ਫਿਰ ਵੀ ਇਹ ਫੌਂਟ ਵਰਤੇ ਜਾ ਰਹੇ ਨੇ ਜਿਹੜੇ ਆਸੀਸ, ਗੁਰਮੁਖੀ, ਜਵਾਏ, ਸਤਲੁਜ, ਰਣਜੀਤ ਅਖਬਾਰਾਂ ਦੇ ਵਿੱਚ ਵਰਤੇ ਜਾ ਰਹੇ ਨੇ। ਇਹਨਾਂ ਫੌਂਟਾਂ ਦੇ ਕਰਕੇ ਹੀ ਸਭ ਤੋਂ ਵੱਡੀ ਸਮੱਸਿਆ ਸਾਡੇ ਸਾਹਮਣੇ ਪੇਸ਼ ਆ ਰਹੀ ਹੈ। ਉਹ ਸਮੱਸਿਆ ਕੀ ਹੈ ਦੋਸਤੋ, ਕਿ ਅਸੀਂ ਇੱਕ ਕੰਪਿਊਟਰ ਦੇ ਉੱਤੇ ਕੁਝ ਟਾਈਪ ਕਰਦੇ ਹਾਂ ਤੇ ਦੂਜੇ ਕੰਪਿਊਟਰ ਤੇ ਜਦੋਂ ਭੇਜਦੇ ਹਾਂ ਤਾਂ ਉਹਦੇ ਅੱਖਰ ਬਦਲ ਜਾਂਦੇ ਨੇ। ਸਾਡੇ ਕੋਲ ਪੰਜਾਬੀ ਦੇ ਵਿੱਚ ਟਾਈਪ ਕਰਨ ਦੇ ਵੀ ਕਈ ਤਰ੍ਹਾਂ ਦੇ ਤਰੀਕੇ ਨੇ। ਲੋਕ ਅਕਸਰ ਪੁੱਛਦੇ ਨੇ ਕਿ ਪੰਜਾਬੀ ਦੇ ਵਿੱਚ ਮੈਂ ਟਾਈਪ ਕਰਨਾ ਚਾਹੁੰਦਾ, ਕਿਹੜਾ ਤਰੀਕਾ ਵਰਤਾਂ? ਤਾਂ ਉਹਦੇ ਲਈ ਦੋਸਤੋ ਤਿੰਨ ਤਰ੍ਹਾਂ ਦੇ ਕੀਬੋਰਡ ਨੇ ਪੰਜਾਬੀ ਦੇ ਵਿੱਚ ਟਾਈਪ ਕਰਨ ਦੇ ਲਈ। ਪਹਿਲਾ ਕੀਬੋਰਡ ਹੈ ਸਾਡੇ ਕੋਲ ਫੋਨੈਟਿਕ ਕੀਬੋਰਡ। ਫੋਨੈਟਿਕ ਕੀਬੋਰਡ ਜਿਹੜਾ ਕਿ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਹਿਸਾਬ ਦੇ ਨਾਲ ਪੰਜਾਬੀ ਦੇ ਅੱਖਰ ਪਾਉਂਦਾ ਹੈ। ਜਿਵੇਂ ਕਿ ਤੁਸੀਂ ਅਨਮੋਲ ਲਿਪੀ ਫੌਂਟ ਲੈ ਲਓ, ਅੰਮ੍ਰਿਤ ਲਿਪੀ ਲਾ ਲਓ, ਇਹ ਫੌਂਟ ਐਸੇ ਨੇ ਕਿ ਅੰਗਰੇਜ਼ੀ ਦੀਆਂ ਧੁਨਾਂ ਦੇ ਹਿਸਾਬ ਨਾਲ ਇਹਦੇ ਅੱਖਰ ਜਿਹੜੇ ਨੇ ਉਹ ਪੈਣਗੇ। ਜਿਵੇਂ ਕੇ ਤੋਂ ਕੱਕਾ, ਸੀ ਤੋਂ ਚੱਚਾ, ਪੀ ਤੋਂ ਪੱਪਾ, ਸ਼ਿਫਟ ਪੀ ਤੋਂ ਫੱਫਾ। ਪਰ ਸਾਡੇ ਕੋਲ ਕੀਬੋਰਡ ਲੇਆਊਟ ਜਾਂ ਕੀਬੋਰਡ ਦੀ ਵਿਉਂਤ ਬੰਦੀ ਇੱਕ ਹੋਰ ਵੀ ਹੈ, ਜਿਹੜੀ ਕਿ ਰਵਾਇਤੀ ਟਾਈਪ ਰਾਈਟਰ ਦੇ ਨਾਲ ਜੁੜੀ ਹੋਈ ਹੈ। ਟਾਈਪ ਰਾਈਟਰ ਵਾਲਾ ਜਿਹੜਾ ਕੀਬੋਰਡ ਸੀ, ਬਿਲਕੁਲ ਉਸੇ ਕ੍ਰਮ ਦੇ ਵਿੱਚ ਕੁੰਜੀਆਂ ਨੂੰ, ਕੀਬੋਰਡ ਦੇ ਬਟਨਾਂ ਨੂੰ ਰੱਖ ਕੇ ਟਾਈਪ ਕਰਾਂਗੇ ਤਾਂ ਉਹ ਜਿਹੜਾ ਕੀਬੋਰਡ ਲੇਆਊਟ ਹੈ ਉਹਨੂੰ ਅਸੀਂ ਰਮਿੰਗਟਨ ਕੀਬੋਰਡ
ਕਹਾਂਗੇ। ਟੋਰਨਿੰਗਟਨ ਕੀਬੋਰਡ ਵਾਲੇ ਜਿਹੜੇ ਫਾਊਂਟ ਨੇ ਉਹਨਾਂ ਦੇ ਵਿੱਚ ਅਸੀਸ ਹੈ, ਜੁਆਏ ਹੈ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਫਾਊਂਟ ਨੇ। ਤੀਸਰਾ ਜਿਹੜਾ ਕੀਬੋਰਡ ਲੇਆਊਟ ਹੈ, ਮਤਲਬ ਟਾਈਪ ਕਰਨ ਦਾ ਇੱਕ ਜਿਹੜੀ ਵਿਧੀ ਹੈ, ਤਰੀਕਾ ਹੈ, ਉਹ ਹੈ ਦੋਸਤੋ ਇਨਸਕ੍ਰਿਪਟ। ਇਨਸਕ੍ਰਿਪਟ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਕੀਬੋਰਡ ਹੈ, ਔਰ ਜਦੋਂ ਇਨਸਕ੍ਰਿਪਟ ਦੇ ਉੱਤੇ ਤੁਸੀਂ ਟਾਈਪ ਕਰੋਗੇ ਤਾਂ ਇਹਦੀ ਆਊਟਪੁੱਟ ਸਟੈਂਡਰਡ ਯੂਨੀਕੋਡ ਫਾਊਂਟ ਦੇ ਵਿੱਚ ਹੀ ਨਿਕਲੇਗੀ। ਪਰ ਇਹ ਜਿਹੜਾ ਕੀਬੋਰਡ ਹੈ ਇਹ ਸਿਧਾਂਤਕ ਤੌਰ ਤੇ ਵਿਗਿਆਨਿਕ ਹੈ, ਜਿਹਦੇ ਵਿੱਚ ਇੱਕ ਪਾਸੇ ਅੱਖਰ ਨੇ, ਦੂਜੇ ਪਾਸੇ ਲਗਾ ਮਾਤਰਾਵਾਂ ਨੇ। ਤਾਂ ਤੁਸੀਂ ਇਹਨਾਂ ਤਿੰਨਾਂ ਕੀਬੋਰਡ ਟਾਈਪ ਕਰਨ ਦੇ ਤਰੀਕਿਆਂ ਦੇ ਵਿੱਚੋਂ ਕੋਈ ਵੀ ਤਰੀਕਾ ਅਪਣਾ ਸਕਦੇ ਹੋ। ਫਿਰ ਵੀ ਉਹ ਸੱਜਣ ਜਿਨ੍ਹਾਂ ਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਤਰੀਕਾ ਵੀ ਨਹੀਂ ਆਉਂਦਾ, ਉਹਨਾਂ ਦੇ ਲਈ ਦੋ ਤਰੀਕੇ ਹੋਰ ਨੇ ਟਾਈਪ ਕਰਨ ਦੇ। ਇੱਕ ਨੂੰ ਅਸੀਂ ਕਹਿੰਦੇ ਹਾਂ ਔਨ ਸਕਰੀਨ ਕੀਬੋਰਡ। ਪੰਜਾਬੀ ਦਾ ਇੱਕ ਇੱਕ ਅੱਖਰ ਸਕਰੀਨ ਦੇ ਉੱਤੇ ਕੀਬੋਰਡ ਦੀ ਸ਼ੇਪ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ, ਤੁਸੀਂ ਉਹਨੂੰ ਟੱਚ ਕਰਕੇ ਜਾਂ ਮਾਊਸ ਦੇ ਕਲਿੱਕ ਦੇ ਰਾਹੀਂ ਤੁਸੀਂ ਆਪਣੇ ਅੱਖਰ ਜੋੜ ਜੋੜ ਕੇ ਪਾ ਸਕਦੇ ਹੋ। ਇਹਨੂੰ ਅਸੀਂ ਔਨ ਸਕਰੀਨ ਕਹਿੰਦੇ ਹਾਂ, ਜਿਵੇਂ ਸਾਡੇ ਸਮਾਰਟਫੋਨ ਦੇ ਉੱਤੇ ਔਨ ਸਕਰੀਨ ਕੀਬੋਰਡ ਨਜ਼ਰ ਆਉਂਦਾ। ਔਰ ਇਸੇ ਤਰ੍ਹਾਂ ਸਾਡੇ ਕੋਲ ਇੱਕ ਹੋਰ ਤਰੀਕਾ ਜਿਹਨੂੰ ਅਸੀਂ ਰੋਮਨਾਈਜ਼ਡ ਮੈਥਡ ਕਹਿੰਦੇ ਹਾਂ ਟਾਈਪ ਕਰਨ ਦਾ। ਪੂਰੀ ਦੁਨੀਆਂ ਦੇ ਵਿੱਚ ਪੰਜਾਬੀ ਨੂੰ ਟਾਈਪ ਕਰਨ ਦੇ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਤਰੀਕਾ ਇਹ। ਗੂਗਲ ਨੇ ਸਭ ਤੋਂ ਪਹਿਲਾਂ ਕਾਢ ਕੱਢੀ ਸੀ ਇਸ ਦੀ। google.translate.com ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਰੋਮਨ ਅੱਖਰ ਪਾਓ, ਤੁਹਾਨੂੰ ਨਾਲ ਨਾਲ ਗੁਰਮੁਖੀ ਮਿਲਦੀ ਜਾਏਗੀ। ਪਰ ਇਹ ਤਕਨੀਕ ਯੂਨੀਵਰਸਿਟੀ ਨੇ ਬਹੁਤ ਅੱਗੇ ਵਧਾ ਲਈ ਹੈ। ਅੱਖਰ 2016 ਦੇ ਵਿੱਚ ਚਾਰ ਭਾਸ਼ਾਵਾਂ ਨੂੰ ਟਾਈਪ ਕਰਨ ਦੀ ਸੁਵਿਧਾ ਹੈ, ਜਿਹਦੇ ਵਿੱਚ ਤੁਸੀਂ ਹਿੰਦੀ ਵਿੱਚ ਵੀ ਟਾਈਪ ਕਰ ਸਕਦੇ ਹੋ, ਸ਼ਾਹਮੁਖੀ ਵਿੱਚ ਵੀ ਕਰ ਸਕਦੇ ਹੋ, ਪੰਜਾਬੀ ਵਿੱਚ ਵੀ ਕਰ ਸਕਦੇ ਹੋ, ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਪੰਜਾਬੀ ਦੇ ਵਿੱਚ ਟਾਈਪ ਕਰਨ ਦੇ ਲਈ ਤੁਹਾਡੇ ਕੋਲ 10-11 ਕੀਬੋਰਡ ਨੇ, ਕੋਈ ਵੀ ਫਾਊਂਟ ਵਾਲਾ ਸਟਾਈਲ ਚੁਣ ਕੇ ਤੁਸੀਂ ਟਾਈਪ ਕਰੋ। ਉਹਦੇ ਵਿੱਚ ਇੱਕ ਸਾਡੇ ਕੋਲ ਰੋਮਨਾਈਜ਼ਡ ਤਰੀਕਾ ਵੀ ਦਿੱਤਾ ਹੋਇਆ, ਗੂਗਲ ਨਾਲੋਂ ਵੀ ਬਹੁਤ ਬਿਹਤਰ। ਔਰ ਆਰਟੀਫਿਸ਼ਲ ਇੰਟੈਲੀਜੈਂਸ ਉਹਦੇ ਵਿੱਚ ਵਰਤੀ ਗਈ ਹੈ, ਤਾਂ ਉਸ ਨੂੰ ਅੱਖਰ IWP, ਇੱਕ ਸਾਡੀ ਵੈਬਸਾਈਟ ਹੈ akharIWP.com, ਇਸ ਵੈਬਸਾਈਟ ਤੋਂ ਅੱਖਰ 2016 ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਦੋਸਤੋ। ਤੇ ਇਸ ਜਿਹੜਾ ਸਾਡੇ ਕੋਲ ਫਾਊਂਟ ਵਾਲਾ ਮਸਲਾ ਹੈ, ਉਸ ਮਸਲੇ ਨੂੰ ਇਸ ਸੋਫਟਵੇਅਰ ਨੇ ਹੱਲ ਕਰ ਦਿੱਤਾ ਹੈ, ਕਿਉਂਕਿ ਇਹਦੇ ਵਿੱਚ ਟਾਈਪ ਹੀ ਯੂਨੀਕੋਡ ਵਿੱਚ ਹੁੰਦਾ ਹੈ, ਰਾਵੀ ਵਿੱਚ ਹੁੰਦਾ ਹੈ, ਇਹਦੇ ਤੋਂ ਇਲਾਵਾ ਹੋਰ ਕੋਈ ਫਾਊਂਟ ਵਰਤਣ ਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ, ਕੋਈ ਵੀ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਹੈ। ਸੋ ਸਰ, ਜਿਹੜਾ ਇਹ ਇੰਗਲਿਸ਼ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਦਾ ਜਿਹੜਾ ਅਨੁਵਾਦ ਹੈ, ਇਹਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਸਥਾਰ ਚ ਦੱਸੋ। ਦੋਸਤੋ, ਅਨੁਵਾਦ ਜਿਹੜਾ ਹੈ ਬਹੁਤ ਵੱਡਾ ਕੰਮ ਹੈ, ਕਿਉਂਕਿ ਦੁਨੀਆ ਜਿਹੜੀ ਹੈ ਬਹੁਤ ਦੂਰ ਤੱਕ, ਸਾਡੀ ਸੋਸਾਇਟੀ, ਸਾਡਾ ਸਮਾਜ, ਪੰਜਾਬੀ ਸਮਾਜ ਹੀ ਦੇਖ ਲਓ, ਕਿੰਨੇ ਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ। ਪਰ ਕਈ ਵਾਰੀ ਕਿਸੇ ਭਾਸ਼ਾ ਦਾ ਗਿਆਨ ਨਹੀਂ ਹੁੰਦਾ, ਤੇ ਉਹਦੇ ਕਰਕੇ ਅਸੀਂ ਆਪਣੇ ਆਪ ਨੂੰ ਅਸਮਰੱਥ ਜਾਂ ਅਪੰਗ ਮਹਿਸੂਸ ਕਰਦੇ ਹਾਂ। ਫਾਰ ਐਗਜ਼ਾਮਪਲ, ਜਾਪਾਨ ਦੇ ਵਿੱਚ, ਚੀਨ ਦੇ ਵਿੱਚ ਜਾਈਏ ਤਾਂ ਉਹ ਲੋਕ ਅੰਗਰੇਜ਼ੀ ਵੀ ਨਹੀਂ ਸਮਝਦੇ, ਤਾਂ ਸਾਨੂੰ ਉਹਨਾਂ ਦੀ ਭਾਸ਼ਾ ਸਮਝਣੀ ਜਾਂ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ। ਤਾਂ ਦੋਸਤੋ, ਉੱਥੇ ਸਾਡੇ ਕੰਪਿਊਟਰ ਨੇ, ਸਾਡੀ ਇਸ ਟੈਕਨੋਲੋਜੀ ਨੇ ਸਾਡੇ ਕੰਮ ਨੂੰ ਸੁਖਾਲਾ ਬਣਾ ਦਿੱਤਾ। ਕਈ ਸੋਫਟਵੇਅਰ ਜਿਹਨਾਂ ਨੂੰ ਅਸੀਂ ਟ੍ਰਾਂਸਲੇਸ਼ਨ ਸੋਫਟਵੇਅਰ ਕਹਿੰਦੇ ਹਾਂ, ਅਨੁਵਾਦ ਸੋਫਟਵੇਅਰ ਕਹਿੰਦੇ ਹਾਂ, ਉਹ ਬਣ ਚੁੱਕੇ ਨੇ। ਗੂਗਲ ਨੇ ਅਨੁਵਾਦ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਤੁਸੀਂ translate.google.com ਇਸ ਵੈਬਸਾਈਟ ਦੇ ਉੱਤੇ ਜਾਓ, ਤੁਸੀਂ ਅੰਗਰੇਜ਼ੀ ਦੇ ਵਿੱਚ ਲਿਖੋ
ਤੁਹਾਨੂੰ ਪੰਜਾਬੀ ਮਿਲ ਜਾਏਗੀ, ਅੰਗਰੇਜ਼ੀ ਤੋਂ ਹਿੰਦੀ ਵਿੱਚ ਟ੍ਰਾਂਸਲੇਟ ਕਰਨਾ, ਕੰਨੜ ਵਿੱਚ ਕਰਨਾ ਜਾਂ ਪੰਜਾਬੀ ਨੂੰ ਕਿਸੇ ਹੋਰ ਭਾਸ਼ਾ ਵਿੱਚ ਕਰਨਾ, ਔਰ ਇੱਥੋਂ ਤੱਕ ਕਿ ਗੂਗਲ ਦੇ ਸੋਫਟਵੇਅਰ ਦੇ ਉੱਤੇ ਤੁਹਾਨੂੰ ਵਿਦੇਸ਼ੀ ਭਾਸ਼ਾਵਾਂ ਵੀ ਮਿਲਣਗੀਆਂ। ਤੋ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕੰਮ ਹੋਇਆ, ਪਰ ਦਰਸ਼ਕੋ ਇੱਕ ਗੱਲ ਤੋਂ ਸਾਵਧਾਨ ਰਹਿਣਾ ਕਿ ਕੰਪਿਊਟਰ ਦੇ ਰਾਹੀਂ ਮਸ਼ੀਨ ਦੇ ਰਾਹੀਂ ਕੀਤਾ ਹੋਇਆ ਅਨੁਵਾਦ ਹਮੇਸ਼ਾ 100% ਸਹੀ ਨਹੀਂ ਹੁੰਦਾ, ਇਹਦੇ ਵਿੱਚ ਕੁਝ ਨਾ ਕੁਝ ਅਣਤਾਈਆਂ ਰਹਿ ਸਕਦੀਆਂ ਨੇ। ਬੰਦੇ ਦਾ ਬਦਲ ਕਦੇ ਕੰਪਿਊਟਰ ਜਾਂ ਰੋਬੋਟ ਨਹੀਂ ਬਣ ਸਕਦਾ। ਸਾਡੇ ਕੰਮ ਨੂੰ ਕੰਪਿਊਟਰ ਸੁਖਾਲਾ ਬਣਾ ਸਕਦਾ, ਸਾਡੇ ਕੰਮ ਨੂੰ ਕੰਪਿਊਟਰ ਤੇਜ਼ ਕਰ ਸਕਦਾ। ਕੰਪਿਊਟਰ ਨੂੰ ਅਸੀਂ ਇੱਕ ਡਿਕਸ਼ਨਰੀ ਦਿੰਦੇ ਹਾਂ ਅਨੁਵਾਦ ਕਰਨ ਦੇ ਲਈ, ਤਾਂ ਡਿਕਸ਼ਨਰੀ ਤੋਂ ਹੀ ਉਸਨੇ ਉਹ ਸ਼ਬਦ ਚੱਕਣੇ ਨੇ। ਤਾਂ ਮੈਂ ਇੱਥੇ ਇੱਕ ਮਿਸਾਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਮੈਂ ਹਿੰਦੀ ਦੇ ਵਿੱਚ ਟਾਈਪ ਕੀਤਾ ਕਿ ਮੇਰਾ ਸਟੇਟ ਬੈਂਕ ਆਫ ਪਟਿਆਲਾ ਮੇ ਖਾਤਾ ਹੈ, ਤੋ ਮੈਂ ਡਿਕਸ਼ਨਰੀ ਦੇ ਵਿੱਚ ਦਿੱਤਾ ਹੋਇਆ ਕਿ ਜਿੱਥੇ ਖਾਤਾ ਲਿਖਿਆ ਉੱਥੇ ਤੁਸੀਂ ਲਿਖ ਦੇਣਾ ਖਾਂਦਾ। ਮੈਂ ਇੱਕ ਹੋਰ ਉਦਾਹਰਣ ਚੈੱਕ ਕਰ ਰਿਹਾ ਆਪਣੇ ਸੋਫਟਵੇਅਰ ਦੇ ਉੱਤੇ, ਮੈਂ ਲਿਖਿਆ ਕਿ ਉਹ ਰੋਟੀ ਖਾਤਾ ਹੈ, ਤੋ ਕੰਪਿਊਟਰ ਪੰਜਾਬੀ ਬਣਾਉਂਦਾ ਹੈ ਜੀ, ਉਹ ਰੋਟੀ ਖਾਂਦਾ ਹੈ। ਤੇ ਜਦੋਂ ਮੈਂ ਸੈਂਟੈਂਸ ਬਦਲ ਦਿੱਤਾ ਕਿ ਉਸ ਕਾ ਸਟੇਟ ਬੈਂਕ ਆਫ ਪਟਿਆਲਾ ਮੇ ਖਾਤਾ ਹੈ, ਤੋ ਕੰਪਿਊਟਰ ਕੀ ਕਰੇਗਾ, ਉਸ ਦਾ ਸਟੇਟ ਬੈਂਕ ਆਫ ਪਟਿਆਲਾ ਵਿੱਚ ਖਾਂਦਾ ਹੈ। ਕਿਉਂਕਿ ਕੰਪਿਊਟਰ ਮਨੁੱਖ ਦੀ ਤਰ੍ਹਾਂ ਸਮਝਣ ਵਾਲੀ ਕੋਈ ਚੀਜ਼ ਨਹੀਂ ਹੈ, ਮਸ਼ੀਨ ਹੈ। ਉਹਨੂੰ ਜਿਹੜੀ ਬੁੱਧੀ ਹੈ, ਉਹਨੂੰ ਜਿਹੜਾ ਦਿਮਾਗ ਹੈ, ਉਹ ਮਨੁੱਖ ਨੇ ਹੀ ਦਿੱਤਾ। ਸੋ ਜਦੋਂ ਤੁਸੀਂ ਪੰਜਾਬੀ ਨੂੰ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨਾ ਜਾਂ ਅੰਗਰੇਜ਼ੀ ਨੂੰ ਪੰਜਾਬੀ ਦੇ ਵਿੱਚ ਉਲੱਥਾ ਕਰਨਾ, ਤਾਂ ਬਿਲਕੁਲ ਹੂ ਬਹੂ ਤੁਸੀਂ ਚਾਹੋ ਕਿ ਸਾਨੂੰ ਬਿਲਕੁਲ ਉਹਦੀ ਟ੍ਰਾਂਸਲੇਸ਼ਨ ਬੰਦਾ ਜਿਵੇਂ ਕਰਦਾ ਉਸੇ ਤਰ੍ਹਾਂ ਮਿਲ ਜਾਵੇ, ਉਹ ਸੰਭਵ ਨਹੀਂ ਹੈ। ਪਰ ਤੁਸੀਂ ਆਪਣਾ ਕੰਮ ਕਾਫੀ ਹੱਦ ਤੱਕ ਤੇਜ਼ ਕਰ ਸਕਦੇ ਹੋ। ਇਸੇ ਤਰ੍ਹਾਂ ਹਿੰਦੀ ਨੂੰ ਪੰਜਾਬੀ ਵਿੱਚ ਬਦਲਣਾ ਹੋਵੇ, ਪੰਜਾਬੀ ਨੂੰ ਹਿੰਦੀ ਵਿੱਚ ਬਦਲਣਾ ਹੋਵੇ, ਜਾਂ ਸਾਡੀਆਂ ਪੰਜਾਬੀ ਦੀਆਂ ਆਪਣੀਆਂ ਕਈ ਉਪ ਬੋਲੀਆਂ ਨੇ, ਤੁਸੀਂ ਜਿਹੜੀ ਸਟੈਂਡਰਡ, ਹਾਂਜੀ, ਤੇ ਜਿਨ੍ਹਾਂ ਨੇ ਨੈਟ ਤੇ ਪੰਜਾਬੀ ਨੂੰ ਆਪਾਂ ਨੂੰ ਜਿਹੜੇ ਕੰਪਿਊਟਰ ਦੇ ਵਿੱਚ ਪੰਜਾਬੀ ਲਰਨ ਹੈ, ਉਹ ਕਿਹੜੀ ਵੈਬਸਾਈਟ ਤੇ ਸਿੱਖ ਸਕਦੇ ਨੇ? ਹਾਂ, ਮੈਂ ਉੱਥੇ ਆ ਰਿਹਾ ਜੀ। ਮੈਂ ਇੱਕ ਅਖੀਰ ਦੇ ਉੱਤੇ ਇੱਕ ਨੁਕਤਾ ਹੋਰ ਸਾਂਝਾ ਕਰਨ ਲੱਗਿਆ ਸੀ, ਜਿਹੜਾ ਆਪਣਾ ਸਵਾਲ ਚੱਲ ਰਿਹਾ ਸੀਗਾ ਕਿ ਜੇ ਹਿੰਦੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਹਿੰਦੀ ਜਾਂ ਸਾਡੀ ਕਿਸੇ ਇੱਕ ਉਪ ਬੋਲੀ ਨੂੰ ਦੂਜੀ ਉਪ ਬੋਲੀ ਦੇ ਵਿੱਚ ਤੁਸੀਂ ਬਦਲਣਾ ਹੋਵੇ, ਤਾਂ ਇਹ ਅੱਖਰ 2016 ਦੇ ਵਿੱਚ ਵੀ ਇਹਦੀ ਪ੍ਰੋਵੀਜ਼ਨ ਹੈ, ਤੁਸੀਂ ਟਕਸਾਲੀ ਪੰਜਾਬੀ ਨੂੰ ਸਾਡੀ ਮਲਵਾਈ ਦੇ ਵਿੱਚ ਬਦਲ ਸਕਦੇ ਹੋ। ਗੱਲ ਚੱਲਦੀ ਸੀ ਕਿ ਪੰਜਾਬੀ ਸਿੱਖਣੀ ਹੈ, ਤੁਸੀਂ ਇੰਟਰਨੈਟ ਦੇ ਉੱਤੇ ਪੰਜਾਬੀ ਸਿੱਖਣੀ ਹੈ ਜਾਂ ਕੰਪਿਊਟਰ ਦੀ ਐਪ ਦੇ ਉੱਤੇ, ਲੈਪਟਾਪ ਦੀ ਐਪ ਦੇ ਉੱਤੇ, ਮੋਬਾਈਲ ਦੀ ਐਪ ਦੇ ਉੱਤੇ ਪੰਜਾਬੀ ਸਿੱਖਣੀ ਹੈ, ਤਾਂ ਦੋਸਤੋ ਤੁਸੀਂ ਨੋਟ ਕਰ ਸਕਦੇ ਹੋ ਵੈਬਸਾਈਟ। ਸਾਡੀ ਯੂਨੀਵਰਸਿਟੀ ਦੀ ਆਪਣੀ ਵੈਬਸਾਈਟ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵੈਬਸਾਈਟ ਦੇ ਲਈ ਵਿੱਤੀ ਸਹਾਇਤਾ ਦਿੱਤੀ ਹੈ, ਔਰ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਨੇ, ਜਿਹੜੇ ਅੰਗਰੇਜ਼ ਨੇ, ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਨੇ, ਉਹਨਾਂ ਨੂੰ ਅੰਗਰੇਜ਼ੀ ਮਾਧਿਅਮ ਦੇ ਰਾਹੀਂ ਪੰਜਾਬੀ ਸਿਖਾਉਣ ਦਾ ਉਪਰਾਲਾ ਕੀਤਾ ਜਾ ਰਿਹਾ। ਉਹਦੇ ਲਈ ਸਾਡੇ ਕੋਲ ਵੈਬਸਾਈਟ ਹੈ elearnpunjabi.com, ਔਰ ਇਸੇ ਤਰ੍ਹਾਂ ਦੋਸਤੋ learnpunjabi.com ਵੀ ਹੈ, ਇਸੇ ਤਰ੍ਹਾਂ maa.com ਵੀ ਹੈ, ਕਈ ਵੈਬਸਾਈਟਾਂ ਨੇ, ਬੇਸ਼ੁਮਾਰ ਸਾਡੇ ਕੋਲ ਸੋਫਟਵੇਅਰ ਨੇ। ਜੇ ਤੁਸੀਂ ਐਪ ਵਰਤ ਰਹੇ ਹੋ ਮੋਬਾਈਲ ਦੇ ਉੱਤੇ, ਤਾਂ ਤੁਹਾਡੇ ਕੋਲ ਲਰਨ ਪੰਜਾਬੀ ਇੱਕ ਐਪ ਹੈ, ਬਹੁਤ ਸਾਰੇ ਸੋਫਟਵੇਅਰ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੇ ਨੇ, ਕਿਡਜ਼ ਲਰਨ ਪੰਜਾਬੀ ਹੈ, ਤੋਂ ਏਦਾਂ ਦੇ ਬਹੁਤ ਸਾਰੇ ਪ੍ਰੋਗਰਾਮ ਨੇ। ਤਾਂ ਮਸਲਾ ਇਹ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਬੈਠੀ ਹੈ, ਵਟਸਐਪ, ਫੇਸਬੁੱਕ ਦੇ ਉੱਤੇ ਬੈਠੀ ਹੈ, ਉਹਨੂੰ ਅਸੀਂ ਸਹੀ ਰਸਤੇ ਤੇ ਲਿਆ ਕੇ ਜੇ ਉਹ ਕੁਝ ਸਿੱਖਣਾ ਚਾਹੁੰਦੇ ਨੇ, ਤਾਂ ਉਹਦੇ ਲਈ ਬਹੁਤ ਸਾਰਾ ਸਾਡੇ ਕੋਲ ਇੰਟਰਨੈਟ ਦੇ ਉੱਤੇ ਔਰ ਇਹਨਾਂ ਐਪਸ ਦੇ ਉੱਤੇ ਪਿਆ। ਤੇ ਸਰ ਤੁਸੀਂ ਇੰਨਾ ਕੁਛ ਕੀਤਾ ਕਿ ਜਿਹੜੀ ਅਸੀਂ ਆਪਣੀ ਪੰਜਾਬੀ ਨੂੰ ਹੈ, ਕਿ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਵੀ ਅਸੀਂ ਜਿਹੜੀ ਸਾਡੀ ਪੰਜਾਬੀ ਨੂੰ ਹੈ ਸੰਭਾਲ ਕੇ ਰੱਖ ਸਕਦੇ, ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਛ ਏਦਾਂ ਦਾ ਨਵੀਂ ਹੌਟ ਟੈਕਨੋਲੋਜੀ ਲੈ ਕੇ ਆ ਰਹੇ ਹੋ
ਕਿ ਜਿਹੜੇ ਅਸੀਂ ਜਿਹੜੇ ਫੋਨ ਤੇ ਐਪਸ ਨੇ ਤੁਸੀਂ ਪੰਜਾਬੀ ਚ ਦੱਸੇ ਨੇ ਵੀ ਇਹਨਾਂ ਨਾਲ ਹੋਰ ਸਾਡਾ ਕੰਮ ਹੈ ਜਿਹੜਾ ਸਖਾਲਾ ਹੋ ਸਕੇ। ਬਿਲਕੁਲ ਜੀ, ਜਿਵੇਂ ਜਿਵੇਂ ਖੋਜਾਂ ਹੋ ਰਹੀਆਂ ਨੇ, ਸਾਡੇ ਅੱਗੇ ਜਿਹੜੇ ਸਕਾਲਰ ਨੇ, PhD ਕਰਨ ਵਾਲੇ ਨੇ, ਉਹਨਾਂ ਦੀ ਇੱਕ ਪੂਰੀ ਟੀਮ ਹੈ ਔਰ ਲੱਗੀ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਕੰਮ ਸੌਖਾ ਹੋ ਜਾਏਗਾ, ਕੰਪਿਊਟਰ ਨੂੰ ਟਾਈਪ ਬਟਨਾਂ ਦੇ ਉੱਤੇ ਉਂਗਲਾਂ ਪੋਟੇ ਫੇਰ ਕੇ ਉਂਗਲਾਂ ਦੇ ਸਾਨੂੰ ਟਾਈਪ ਕਰਨ ਦੀ ਲੋੜ ਨਹੀਂ ਪਏਗੀ। ਤੁਸੀਂ ਮਾਈਕਰੋਫੋਨ ਦੇ ਉੱਤੇ ਬੋਲੋਗੇ, ਕੰਪਿਊਟਰ ਟਾਈਪ ਕਰਦਾ ਜਾਏਗਾ। ਔਰ ਇੱਕ ਸਾਫਟਵੇਅਰ ਤਾਂ ਬਹੁਤ ਜਲਦੀ ਸਾਡੇ ਕੋਲ ਤਿਆਰ ਹੈ, ਡਾਕਟਰ ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਦੇ ਹੇਠ, ਕਿ ਕੰਪਿਊਟਰ ਦੇ ਉੱਤੇ ਟਾਈਪ ਕੀਤਾ ਹੋਇਆ ਜਿਹੜਾ ਮੈਟਰ ਹੈ ਕੰਪਿਊਟਰ ਤੁਹਾਨੂੰ ਬੋਲ ਕੇ ਸੁਣਾ ਸਕਦਾ, ਜਿਹਨੂੰ ਅਸੀਂ ਟੈਕਸਟ ਟੂ ਸਪੀਚ ਕਹਿੰਦੇ ਹਾਂ। ਔਰ ਇਸੇ ਤਰ੍ਹਾਂ ਬਲਾਇੰਡ ਪਰਸਨ ਜਿਹੜੇ ਜਿਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਸਹੀ ਨਹੀਂ ਹੈਗੀ, ਉਹਨਾਂ ਲੋਕਾਂ ਦੇ ਲਈ ਜਿਹੜੀ ਬ੍ਰੇਲ ਲਿਪੀ ਹੈ ਉਹਨੂੰ ਨਾਲ ਅਸੀਂ ਆਪਣੇ ਸਾਫਟਵੇਅਰ ਦੇ ਜੋੜ ਦਿੱਤਾ ਹੈ ਕਿ ਤੁਸੀਂ ਪੰਜਾਬੀ ਜਾਂ ਹਿੰਦੀ ਨੂੰ ਟਰਾਂਸਲੇਟ ਕਰੋ ਔਰ ਉਹਨੂੰ ਬ੍ਰੇਲ ਦੇ ਵਿੱਚ ਕਨਵਰਟ ਕਰੋ ਔਰ ਖਾਸ ਕਿਸਮ ਦੇ ਉਸ ਪ੍ਰਿੰਟਰ ਦੇ ਰਾਹੀਂ ਪ੍ਰਿੰਟ ਕਰਕੇ ਉਸ ਖਾਸ ਵਿਅਕਤੀ ਨੂੰ ਦੇ ਦਿਓ, ਉਹ ਤੁਹਾਡਾ ਜਿਹੜਾ ਮਜ਼ਬੂਨ ਹੈ ਉਸ ਨੂੰ ਪੜ੍ਹਨ ਦੇ ਉਹ ਯੋਗ ਬਣ ਸਕਦਾ। ਤੇ ਸਰ ਤੁਸੀਂ ਇੰਨੀ ਜਿਹੜੀ ਸਾਨੂੰ ਨੌਲੇਜ ਹੈ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ, ਜੋ ਜਿਹੜੇ ਪੰਜਾਬੀ ਨੂੰ ਨਹੀਂ ਪੜ੍ਹ ਸਕਦੇ ਜਾਂ ਉਹ ਕੰਪਿਊਟਰ ਤੋਂ ਇੱਕ ਉਹਨਾਂ ਲਈ ਹਊਗਾ ਬਣਿਆ ਹੋਇਆ ਕਿ ਜੋ ਪੰਜਾਬੀ ਸਮਝਦੇ ਨੇ ਇੰਗਲਿਸ਼ ਨੂੰ ਨਹੀਂ ਕਰ ਸਕਦੇ ਕਿ ਕੰਪਿਊਟਰ ਉਹਨਾਂ ਲਈ ਬਹੁਤ ਉਹ ਕਰ ਹੀ ਨਹੀਂ ਸਕਦੇ, ਕੁਛ ਇੰਪੋਸੀਬਲ ਹੈ। ਤੇ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਜਿਹੜੇ ਲੋਕ ਅੰਗਰੇਜ਼ੀ ਨਹੀਂ ਸਮਝਦੇ ਸਿਰਫ ਪੰਜਾਬੀ ਸਮਝਦੇ ਨੇ, ਉਹਨਾਂ ਲੋਕਾਂ ਦੇ ਲਈ ਸਾਡੇ ਕੋਲ ਬੌਸ ਨਾਂ ਦਾ ਓਪਰੇਟਿੰਗ ਸਿਸਟਮ ਹੈ। ਤੁਸੀਂ ACDEC ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਪਾ ਸਕਦੇ ਹੋ, ਤੁਹਾਡਾ ਪੂਰਾ ਦਾ ਪੂਰਾ ਕੰਪਿਊਟਰ ਪੰਜਾਬੀ ਦੇ ਵਿੱਚ ਨਜ਼ਰ ਆਏਗਾ। ਔਰ ਤੁਹਾਡੇ ਮੋਬਾਈਲ ਦੇ ਵਿੱਚ ਆਪਣੀ ਇੱਕ ਪਹਿਲਾਂ ਹੀ ਸੁਵਿਧਾ ਦਿੱਤੀ ਹੁੰਦੀ ਹੈ ਕਿ ਤੁਸੀਂ ਇੰਟਰਫੇਸ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਰੱਖ ਸਕਦੇ ਹੋ। ਤੇ ਜਿਹੜਾ ਸੰਦੇਸ਼ ਹੈ ਉਹ ਮੇਰਾ ਨੌਜਵਾਨ ਪੀੜ੍ਹੀ ਦੇ ਲਈ ਹੈ, ਅੱਜ ਕੱਲ ਦੇ ਮੁੰਡੇ ਕੁੜੀਆਂ ਜਿਹੜੇ ਇਸ ਚੈਟਿੰਗ ਦੇ ਦੌਰ ਦੇ ਵਿੱਚ ਚੀਟਿੰਗ ਵੀ ਕਰਨ ਲੱਗ ਗਏ ਨੇ ਔਰ ਬਹੁਤ ਤਰ੍ਹਾਂ ਦੇ ਸਾਈਬਰ ਕ੍ਰਾਈਮ ਹੋ ਰਹੇ ਨੇ ਪੰਜਾਬੀ ਖਾਸ ਤੌਰ ਤੇ ਮੁੰਡੇ ਕੁੜੀਆਂ ਜਿਹੜੇ ਨੇ, ਉਹ ਮੈਂ ਦੋਸ਼ ਨਹੀਂ ਦੇ ਰਿਹਾ, ਪਰ ਸਾਡੇ ਲੜਕੇ ਲੜਕੀਆਂ ਦੇ ਕੋਲ ਸਮਾਂ ਬਹੁਤ ਹੈ। ਸਾਈਬਰ ਕ੍ਰਾਈਮ ਦੀ ਦੁਨੀਆਂ ਦੇ ਵਿੱਚ ਅਸੀਂ ਜਿਹੜੇ ਇੱਥੇ ਗਰਸਦੇ ਜਾ ਰਹੇ ਹਾਂ, ਉਹਦੇ ਲਈ ਸਾਨੂੰ ਅੱਜ ਸੰਕੋਚ ਰੱਖਣ ਦੀ ਲੋੜ ਹੈ, ਸਾਡੇ ਪੇਰੈਂਟਸ ਨੂੰ ਔਰ ਅਧਿਆਪਕਾਂ ਨੂੰ ਬੱਚਿਆਂ ਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ। ਚੰਦ ਲਾਈਨਾਂ ਮੇਰੀਆਂ ਦੋ ਤਿੰਨ ਕਵਿਤਾ ਦੀਆਂ ਨੇ ਸਾਈਬਰ ਕ੍ਰਾਈਮ ਦੇ ਬਾਰੇ, ਮੈਂ ਉਹ ਇੱਥੇ ਜ਼ਰੂਰ ਸ਼ਾਮਲ ਕਰਨਾ ਚਾਹਾਂਗਾ। ਇੱਕ ਵਾਇਰਸ ਤੇ ਹੈਕਿੰਗ ਨੇ ਜ਼ੋਰ ਪਾਇਆ, ਇੱਕ ਵਾਇਰਸ ਤੇ ਹੈਕਿੰਗ ਨੇ ਜ਼ੋਰ ਪਾਇਆ, ਦੂਜੀ ਅਸ਼ਲੀਲ ਸਾਈਟਾਂ ਦੀ ਭਰਮਾਰ ਹੈ ਜੀ, ਮੁੰਡੇ ਕੁੜੀਆਂ ਜਿਹੜੀ ਪੈ ਕਰਨ ਚੈਟਿੰਗ, ਮੁੰਡੇ ਕੁੜੀਆਂ ਜਿਹੜੀ ਪੈ ਕਰਨ ਚੈਟਿੰਗ, ਅਸ਼ਲੀਲਤਾ ਦੀ ਜਿਉਂਦੀ ਮਿਸਾਲ ਹੈ ਜੀ, ਬਹੁਤਾ ਸਮਾਂ ਜੋ ਇੰਜ ਹੀ ਗੁਜ਼ਾਰ ਦਿੰਦੇ ਜ਼ਿੰਦਗੀ ਤਬਾਹ ਹੋਜੂ ਅਜਿਹੇ ਸਾਈਬਰ ਲਾੜਿਆਂ ਦੀ, ਵਰਤਣ ਬਹੁ ਅਰਥੀ ਸ਼ਬਦਾਵਲੀ ਇਹ ਮੇਲ ਅੰਦਰ, ਵਰਤਣ ਬਹੁ ਅਰਥੀ ਸ਼ਬਦਾਵਲੀ ਇਹ ਮੇਲ ਅੰਦਰ, ਕੰਬੋਜ ਖੈਰ ਕਰੇ ਇਹਨਾਂ ਚੈਟਿੰਗ ਘਾੜਿਆਂ ਦੀ, ਕੰਬੋਜ ਖੈਰ ਕਰੇ ਇਹਨਾਂ ਚੈਟਿੰਗ ਘਾੜਿਆਂ ਦੀ। ਤੋਂ ਮੇਰੀ ਇਹੀ ਗੁਜ਼ਾਰਿਸ਼ ਹੈ ਦਰਸ਼ਕਾਂ ਦੇ ਅੱਗੇ ਕਿ ਜਿਹੜੇ ਚੰਗੀਆਂ ਚੰਗੀਆਂ ਸਾਡੀਆਂ ਐਪਸ ਨੇ ਪੰਜਾਬੀ ਨੂੰ ਸਿੱਖਣ ਦੀਆਂ, ਪੰਜਾਬੀ ਦਾ ਪ੍ਰਚਾਰ ਕਰਨ ਵਾਲੀਆਂ, ਅਸੀਂ ਉਹਨਾਂ ਵੱਲ ਆਪਣਾ ਰੁੱਖ ਮੋੜੀਏ ਬਜਾਏ ਇਹਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਵਕਤ ਜਿਹੜਾ ਹੈ ਉਹ ਬਰਬਾਦ ਕਰੀਏ। ਤੇ ਸਰ ਤੁਸੀਂ ਸਾਨੂੰ ਕੰਪਿਊਟਰ ਬਾਰੇ ਜਿਹੜੀ ਪੰਜਾਬੀ ਦੇ ਵਿੱਚ ਭਾਸ਼ਾ ਦਾ ਇੰਨਾ ਵੱਡਾ ਗਿਆਨ ਦਿੱਤਾ, ਅੜਬੜ ਭੁੱਲੀ ਜਿਹੜੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨੂੰ ਮਿਲੀ ਹੈ, ਤੇ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਤੇ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੌਕਾ ਦਿੱਤਾ।